ਚੰਡੀਗੜ੍ਹ ਅੰਬਾਲਾ ਮਾਰਗ ਤੇ ਸਥਿਤ ਝਰਮੜੀ ਬਾਰਡਰ ਨੇੜੇ ਇੱਕ ਕਾਰ ਨੂੰ ਅਚਾਨਕ ਅੱਗ ਲੱਗਣ ਨਾਲ ਕਾਰ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ ਹੈ। ਫਿਲਹਾਲ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸੰਬੰਧੀ ਕਾਰ ਚਾਲਕ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਅੰਬਾਲਾ ਆਇਆ ਸੀ ਕਿ ਰਸਤੇ 'ਚ ਕਾਰ ਗਰਮ ਹੋਣ ਨਾਲ ਅਚਾਨਕ ਅੱਗ ਲੱਗ ਗਈ। ਉੱਥੇ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾ ਲਿਆ, ਪਰ ਉਦੋਂ ਤੱਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ। ਕੀ ਨਾਮ ਭਾਈ ਤੁਹਾਡਾ? ਗੁਰਪ੍ਰੀਤ ਸਿੰਘ ਵੀਰ ਮੇਰਾ ਨਾਮ। ਕੀ ਗੱਲ ਹੋਈ ਆ ਵੀਰ? ਮੈਂ ਚੰਡੀਗੜ੍ਹ ਤੋਂ ਇੱਥੇ ਅੰਬਾਲੇ ਆਇਆ ਸੀ। ਅੱਛਾ ਜੀ। ਅਤੇ ਆਪਣੇ ਘਰ ਦੇ ਨੂੰ ਲੈਣ ਆਇਆ ਸੀ। ਅੱਛਾ। ਰਸਤੇ 'ਚ ਗੱਡੀ ਹੀਟ ਹੋਈ, ਮੈਂ ਲਾ ਕੇ ਖੜਾ ਹੋ ਗਿਆ, ਕਾਫੀ ਦੇਰ ਹੋ ਗਈ, ਅੱਧਾ ਪੌਣਾ ਘੰਟਾ ਮੈਂ ਖੜਾ ਰਿਹਾ। ਮੈਂ ਕਿਹਾ ਪਤਾ ਨਹੀਂ ਕੀ ਪ੍ਰੋਬਲਮ, ਮੈਂ ਕਿਹਾ ਜੇ ਪਾਣੀ ਪੂਣੀ ਵੀ ਪਾਇਆ ਇਹਦੇ ਵਿੱਚ, ਮੈਂ ਕਿਹਾ ਹੋਰ ਨਾ ਵੀ ਪ੍ਰੋਬਲਮ ਹੋਏ। ਚਲੋ ਸਾਲ ਮਾਰਨ ਦੀ ਦੇਰ, ਇੱਕਦਮ ਬਲਾਸਟ ਹੋ ਗਈ। ਅੱਛਾ, ਤੁਸੀਂ ਸਾਲ ਮਾਰਨ ਦਾ ਬਲਾਸਟ ਹੋ ਗਿਆ? ਹਾਂਜੀ। ਕਿਹੜੀ ਗੱਡੀ ਹੈ? ਹੋਂਡਾ ਇਮੇਜ। ਹੋਂਡਾ ਇਮੇਜ ਕਿਹੜਾ ਮਾਡਲ ਹੈ? 2014। ਅੱਛਾ, ਡੀਜ਼ਲ ਗੱਡੀ ਪੈਟਰੋਲ ਹੈ ਜੀ? ਡੀਜ਼ਲ ਗੱਡੀ ਹੈ ਜੀ। ਅੱਛਾ, ਕਿੱਥੇ ਦਾ ਨੰਬਰ ਇਹਦਾ? ਇਹਦਾ 470। ਅੱਛਾ, ਹੁਣ ਤੁਸੀਂ ਕੋਈ ਪੁਲਿਸ ਨੂੰ ਜਾਂ ਇਹਨੂੰ ਬੁਲਾਇਆ ਕਿਸੇ ਨੂੰ? ਮੈਂ ਪੁਲਿਸ ਨੂੰ ਵੀ ਫੋਨ ਕਰਤਾ ਹੈ ਤੇ ਨਾਲ ਫਾਇਰ ਬ੍ਰਿਗੇਡ ਨੂੰ ਵੀ ਫੋਨ ਕਰਤਾ। ਕਿੰਨਾ ਚਿਰ ਹੋ ਗਿਆ? ਮੈਨੂੰ 15 ਜਾਂ 20 ਮਿੰਟ ਹੋ ਗਏ ਨੇ। ਆ ਗਈ ਜੀ। ਚਲੋ। ਸਵੇਰਾ ਪੰਜਾਬ ਲਈ ਕੁਰਾਲੀ ਤੋਂ ਮੇਜਰ ਅਲੀ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94647, 84374-94648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।